ਜਗਪਾਲ ਜੀ, ਇੱਕ ਤੁਸੀਂ ਪਹਿਲਾਂ ਸਮਾਜ ਸੇਵਕ ਵਰਕਰਸ ਦੇ ਨਾਂ ਤੇ ਕੰਮ ਕਰ ਰਹੇ ਸੀ ਪੰਜਾਬ ਪਾਤਰਾਂ ਦੇ ਵਿੱਚ, ਹੁਣ ਤੁਸੀਂ ਰਾਜਨੀਤੀ 'ਚ ਆਏ ਹੋ, ਕਿਸ ਵਜ੍ਹਾ ਤੇ ਕਿਸ ਕਾਹਦੇ ਵਾਸਤੇ ਆਏ ਹੋ? ਮਿਲਦਾ ਸੀ, ਤੁਹਾਡਾ ਧੰਨਵਾਦ, ਮਿਹਰਬਾਨੀ, ਸ਼ੁਕਰੀਆ, HTTV ਦਾ ਧੰਨਵਾਦ ਔਰ ਤੁਹਾਡੇ ਦਰਸ਼ਕਾਂ ਦਾ ਧੰਨਵਾਦ। ਰਾਜਨੀਤੀ ਅਤੇ ਸਮਾਜ ਸੇਵਾ ਦੋ ਅਲੱਗ ਗੱਲਾਂ ਨਹੀਂ ਹੈਗੀਆਂ। ਸਾਨੂੰ ਇਹ ਸਿਖਾਇਆ ਗਿਆ ਵੀ ਜੇ ਤੂੰ ਰਾਜ ਸਮਾਜ ਸੇਵਾ ਕਰਦਾ ਤਾਂ ਰਾਜਨੀਤੀ 'ਚ ਤੇਰਾ ਕੀ ਕੰਮ ਆ। ਇਹਦੀਆਂ ਕੋਈ ਖਾਸ ਵਜ੍ਹਾ ਨਹੀਂ ਜੀ, ਪਿਛਲੇ 10-15 ਸਾਲਾਂ ਤੋਂ ਅਸੀਂ ਲੱਗੇ ਹੋਏ ਹਾਂ। ਇੱਕ ਕੰਮ ਸਵਾਰੀ ਦਾ, ਰਾਜਨੀਤਿਕ ਬੰਦੇ 10 ਕੰਮ ਵਿਗਾੜ ਜਾਂਦੇ ਨੇਗੇ, 10 ਸਵਾਰੀ ਦੇ ਨੇ ਉਹ 15 ਵਿਗਾੜ ਜਾਂਦੇ ਨੇਗੇ, ਗਾਂ ਦੀ ਗਾਂ ਵੱਧਦਾ ਜਾਂਦਾ। ਜਿਵੇਂ ਮੁੱਦਾ ਆਪਣੇ ਇੱਥੇ ਇੱਕ ਸ਼ਰਾਬ ਫੈਕਟਰੀ ਹੈਗੀ ਹੈ ਪਾਤਰਾਂ ਪਿਕਾਡਲੀ ਦੇ ਨਾਂ 'ਤੇ, ਉਹਨੂੰ ਅਸੀਂ ਨੇ NGT ਤੋਂ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੋਂ, 1 ਕਰੋੜ ਰੁਪਏ ਜੁਰਮਾਨਾ ਔਰ ਤਾਲਾਬੰਦੀ ਦਾ ਔਡਰ ਕਰ ਗਏ ਉਹ ਜਸਟਿਸ ਅੰਮ੍ਰਿਤਪਾਲ ਆ। ਕਿਸੇ ਨੇ ਉਹ ਜੁਰਮਾਨਾ ਨਹੀਂ ਵਸੂਲਿਆ, ਕਿਸੇ ਨੇ ਉਹਨੂੰ ਤਾਲਾਬੰਦੀ ਨਹੀਂ ਕੀਤੀ। ਨਰੋਆ ਪੰਜਾਬ ਮੰਚ ਬਣਾ ਕੇ ਬੁੱਢਾ ਨਾਲਾ, ਸਤਲੁਜ 'ਚ ਪੈਂਦੇ ਹੋਰ ਗੰਦੇ ਨਾਲਿਆਂ ਦਾ ਮੁੱਦਾ ਚੁੱਕਿਆ 2019 ਤੋਂ, 2 ਜੂਨ 2019 ਤੋਂ। ਉਹ ਗੱਲਾਂ ਉੱਥੇ ਥਾਂ ਦੀਆਂ ਥਾਂ ਖੜੀਆਂ ਨੇਗੀਆਂ, ਕਿਉਂਕਿ ਇਹਨਾਂ ਲੋਕਾਂ ਨੂੰ ਪੋਲੀਟੀਕਲ ਸਰਪ੍ਰਸਤੀ ਹਾਸਲ ਹੈ। ਇੱਕ ਸਮਾਜ ਸੇਵੀ ਹੋਣ ਦੇ ਨਾਤੇ ਮੇਰੀ ਸਮਾਜ ਸੇਵਾ ਜਿਹੜੀ ਹੈਗੀ ਹੈ ਜੀ, ਉਹ ਪਾਣੀ, ਹਵਾ ਅਤੇ ਮਿੱਟੀ 'ਤੇ ਨਿਰਭਰ ਹੈ ਜ਼ਿਆਦਾ, ਕਿਉਂਕਿ ਜੇ ਸਾਡੇ ਪੈਰਾਂ ਥੱਲੇ ਜ਼ਮੀਨ ਰਹੂਗੀ ਜਿਉਂਦੇ ਤਾਂ ਅਸੀਂ ਤਾਂ ਹੀ ਰਹਾਂਗੇ। ਅਤੇ ਮੈਂ ਉਹਨਾਂ ਦਾ ਮਤਲਬ ਦਰਦ ਹੈ ਦਿਲ ਦੇ ਵਿੱਚ ਜਿਨ੍ਹਾਂ ਦੀ ਜੇਬਾਂ 'ਚ ਪੈਸੇ ਨਹੀਂ ਹੈਗੇ, ਜਿਹੜੇ ਹੋਰ ਥੋੜ੍ਹਾ ਮਾਰੇ ਲੋਕ ਨੇ, ਅਪੰਗ ਲੋਕ ਨੇ, ਪਰ ਮੇਰਾ ਸਮਾਜ ਸੇਵਾ ਦਾ ਖੇਤਰ ਹੈਗਾ ਜਿਹੜਾ ਹਵਾ, ਪਾਣੀ ਅਤੇ ਮਿੱਟੀ ਦਾ ਹੋਣ ਕਰਕੇ ਉੱਥੇ ਸਿੱਧੇ ਦਾ ਸਿੱਧਾ ਜਿਹੜਾ ਹੈਗਾ ਇਹ ਪੋਲੀਟੀਕਲ ਲੋਕ ਨੇ ਜਿਹੜੇ, ਇਹਨਾਂ ਦੀ ਦਖਲ ਅੰਦਾਜ਼ੀ ਹੈ। ਹੁਣ ਗ੍ਰੇਟਾ ਥੰਬਰਗ ਹੈ ਜੀ ਸਵੀਡਨ ਦੀ, ਸਵੀਡਨ ਸਾਡੇ ਨਾਲੋਂ ਐਡਵਾਂਸ ਹੈ, ਉੱਥੇ ਪ੍ਰਤੀ ਵਿਅਕਤੀ ਆਮਦਨ ਬਹੁਤ ਜ਼ਿਆਦਾ ਹੈ। ਉੱਥੇ ਤੁਹਾਡੀ ਕੋਈ ਚੀਜ਼ ਗਿਰਜੇ, ਬਟੂਆ ਗਿਰਜੇ, ਤੁਹਾਨੂੰ ਆਪਣੇ ਘਰੋਂ ਮਿਲ ਜੂਗਾ ਦੂਜੇ ਦਿਨ, ਕਿਸੇ ਤਰ੍ਹਾਂ ਦੀ ਉੱਥੇ ਠੱਗੀ ਨਹੀਂ, ਚੋਰੀ ਨਹੀਂ, ਬੇਈ ਨਹੀਂ, ਬੇਈਮਾਨਾ ਨਹੀਂ। ਔਰ ਉੱਥੇ ਦੇ ਲੋਕਾਂ ਨੇ ਚੱਕ ਕੇ ਆਪਣੇ ਇੱਕ MP ਨੂੰ ਕੂੜਾਦਾਨ ਦੇ ਵਿੱਚ ਵੀ ਸੁੱਟਤਾ ਸੀਗਾ, ਅਸੀਂ ਸੋਸ਼ਲ ਮੀਡੀਆ 'ਤੇ ਕਾਫੀ ਖਬਰਾਂ ਦੇਖੀਆਂ ਨੇਗੀਆਂ। ਉੱਥੋਂ ਗ੍ਰੇਟਾ ਥੰਬਰਗ ਕਹਿ ਰਹੀ ਹੈ ਵੀ ਇਹ ਧਰਤੀ ਸਾਡੇ ਰਹਿਣ ਲਾਇਕ ਨਹੀਂ ਰਹਿਣੀ, ਪੂਰੇ ਦੁਨੀਆ ਦੇ ਵਿਗਿਆਨੀ ਕਹਿ ਰਹੇ ਨੇ ਜੀ ਵੀ ਇਹ ਧਰਤੀ ਰਹਿਣ ਲਾਇਕ ਨਹੀਂ ਰਹਿਣੀ। ਪੋਲੀਟੀਕਲ ਲੋਕ ਨੇ ਜਿਹੜੇ, ਇਹਨਾਂ 'ਚ ਉਹ ਇੱਛਾ ਸ਼ਕਤੀ ਨਹੀਂ ਹੈਗੀ ਵੀ ਉਹ ਇਹਨਾਂ ਗੱਲਾਂ ਨੂੰ ਠੱਲ ਪਾ ਸਕਣ, ਔਰ ਨਸ਼ਿਆਂ ਦੇ ਹੜ ਵਗ ਰਹੇ ਨੇ, ਜਵਾਨੀ ਬਰਬਾਦ ਹੋ ਰਹੀ ਹੈ, ਵਿਦੇਸ਼ਾਂ ਨੂੰ ਸਾਡੇ ਬੱਚੇ ਭੱਜੇ ਜਾ ਰਹੇ ਨੇਗੇ, ਸ਼ਹਿਰਾਂ ਦੇ ਵਿੱਚ ਸਾਫ਼ ਸਫਾਈ ਦਾ ਪ੍ਰਬੰਧ ਨਹੀਂ ਹੈਗਾ। ਇੱਕ ਤਾਂ ਲੋਕ ਪਹਿਲਾਂ ਥੋੜ੍ਹਾ ਮਾਰੇ ਨੇਗੇ, ਗਰੀਬ ਨੇ, ਇਲਾਜ ਪੱਖੋਂ ਔਖੇ ਨੇ, ਉੱਪਰੋਂ ਉਹਨਾਂ ਦੀ ਜੇਬਾਂ 'ਚ ਪੈਸੇ ਨਹੀਂ ਹੈਗੇ, ਉੱਪਰੋਂ ਨੋਟਬੰਦੀ ਵਰਗੇ ਜਾਂ ਇਹੋ ਜਿਹੇ ਫਾਲਤੂ ਦੀਆਂ ਗੱਲਾਂ, ਅਸੀਂ ਸਿਕਿਉਰਿਟੀ ਲਵਾਂਗੇ, ਨਹੀਂ ਲਵਾਂਗੇ, ਇਹੋ ਜਿਹੇ ਮੁੱਦਿਆਂ 'ਚ ਸਾਨੂੰ ਉਲਝਾ ਕੇ ਜਿਹੜਾ ਸਾਡੀ ਕੰਗਾਲੀ ਨੂੰ ਹੋਰ ਵਧਾਇਆ ਜਾਂਦਾ, ਨਾ ਕਿ ਖੁਸ਼ਹਾਲੀ ਵੱਲ ਲੈ ਕੇ ਜਾਇਆ ਜਾਂਦਾ ਹੈਗਾ। ਮੈਂ ਇੱਕ ਗੱਲ ਨਹੀਂ ਸਮਝ ਸਕਿਆ ਵੀ ਜੇ ਇਹਨਾਂ ਦੇ ਲੋਕਾਂ ਦੀ ਇਹੀ ਗੱਲ ਮੰਨ ਲਈ ਹੈ, ਪੋਲੀਟੀਕਲ ਲੋਕਾਂ ਦੀ, ਵੀ ਇੱਕ ਵਿਕਾਸਸ਼ੀਲ ਦੇਸ਼ ਕਹਿੰਦੇ ਨੇ, ਇੱਕ ਵਿਕਸਿਤ ਦੇਸ਼ ਕਹਿੰਦੇ ਨੇਗੇ, ਉਹਨਾਂ ਦਾ ਦੋਨਾਂ ਦਾ ਫਰਕ ਨਹੀਂ ਸਮਝ ਪਤਾ ਲੱਗਿਆ ਮੈਨੂੰ। ਸਾਡੇ ਇੱਥੇ ਲੋਕਾਂ ਕੋਲ ਆਮਦਨ ਬੜੀ ਹੈ, ਵੱਡੀਆਂ ਵੱਡੀਆਂ ਗੱਡੀਆਂ ਨੇਗੀਆਂ, ਵੱਡੀਆਂ ਵੱਡੀਆਂ ਫੈਕਟਰੀਆਂ ਨੇ, ਦੁਨੀਆਂ ਦੇ ਨੰਬਰ 1 ਦੇ ਅਮੀਰ ਨੇ, ਵੀ ਉਹ ਵਿਕਸਿਤ ਕਿਉਂ ਨੇ, ਅਸੀਂ ਵਿਕਾਸਸ਼ੀਲ ਕਿਉਂ ਹਾਂ? ਇਹਨਾਂ ਦੀ ਵਜ੍ਹਾ ਹੀ ਕਰਕੇ ਹਾਂ ਅਸੀਂ। ਇਹ ਗਲੀਆਂ ਨਾਲੀਆਂ ਆਏ 25 ਸਾਲੀ ਪੱਟਦੀਆਂ ਬਣਾ ਲਈਆਂ, ਪਾਣੀ ਦੀ ਨਿਕਾਸੀ ਦਾ ਇਹਨਾਂ ਕੋਲ ਕੋਈ ਟੀਚਾ ਨਹੀਂ ਹੈਗਾ। ਇਹਨਾਂ ਕੋਲ ਜਿਹੜਾ ਹੈਗਾ, ਮਿੱਟੀ ਸਿੱਟੋ ਉੱਥੇ ਜਿੱਥੇ ਪਾਣੀ ਖੜਦਾ, ਉਹਨੂੰ ਉੱਚਾ ਕਰ ਦਿਓ, ਮਿੱਟੀ ਸਿੱਟੋ ਉੱਥੇ ਉੱਚਾ ਕਰ ਦਿਓ। ਜਦੋਂ ਇਹਨਾਂ ਗੱਲਾਂ ਦੇ ਵਿੱਚ ਹੀ ਸਾਡੇ ਪੋਲੀਟੀਕਲ ਨੁਮਾਇੰਦੇ ਫਸੇ ਰਹਿਣਗੇ ਤਾਂ ਉਹ ਲਾਇਬ੍ਰੇਰੀਆਂ, ਪਾਰਕ ਅਤੇ ਕਮਿਸ਼ਨ ਰੈਂਕ ਦੀਆਂ ਫੌਜ ਦੀਆਂ ਨੌਕਰੀਆਂ, IAS, IPS, IFS, ਉਹ ਕਦੋਂ ਬਣਾਉਣਗੇ ਨੌਜਵਾਨਾਂ ਨੂੰ? ਉਹ ਐਥਲੀਟ ਕਦੋਂ ਬਣਾਉਣਗੇ? ਉਹ ਖਿਡਾਰੀ ਕਦੋਂ ਬਣਾਉਣਗੇ? ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਜੀ, ਸਾਰੇ ਹੀ ਸਮਾਜ ਸੇਵਾ ਦੇ ਵਿਸ਼ੇ ਨੇ। ਕਿਸੇ ਵੀ ਤੁਸੀਂ ਲੀਡਰ ਨੂੰ ਪੁੱਛ ਲਓ ਵੀ ਰਾਜਨੀਤੀ 'ਚ ਕਿਉਂ ਆਇਆ, ਸਮਾਜ ਸੇਵਾ ਕਰਨਾ ਹੈ ਜੀ। ਮੈਂ ਤਾਂ ਇੰਨੀ ਸੇਵਾ ਕਰਨ ਦੇ ਬਾਵਜੂਦ ਇੰਨੀਆਂ ਪਾਰਟੀਆਂ ਸੇਵਾ ਕਰਨ ਲੱਗੀਆਂ ਹੋਈਆਂ ਨੇ, ਦੇਸ਼ ਸਾਡਾ ਗੜਕਦਾ ਜਾ ਰਿਹਾ। ਅਤੇ ਤੁਸੀਂ ਇੱਕ ਗੱਲ ਕਹੀ ਹੈ ਜਿਹੜੇ ਨੌਜਵਾਨਾਂ ਪ੍ਰਤੀ, ਕਿ ਦੋ ਮੁੱਦੇ ਦੱਸੇ ਗਏ ਨੇ ਪੰਜਾਬ ਦੇ ਜਾਂ ਆਲ ਓਵਰ ਇੰਡੀਆ ਦੇ, ਇੱਕ ਤਾਂ ਨਸ਼ਾ, ਇੱਕ ਬਾਹਰ ਕੰਟਰੀ ਇੰਡੀਆ, ਪੰਜਾਬ ਵਿੱਚ ਸੋਨੇ ਚਿੜੀ ਦੱਸੀ ਗਈ ਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਕੋਈ ਵੀ ਦੇਸ਼ ਨੌਜਵਾਨਾਂ ਦੇ ਸਿਰ 'ਤੇ ਸੋਨੇ ਦੀ ਚਿੜੀ ਹੁੰਦਾ ਜੀ। ਜਿੰਨੇ ਉਹਦੇ ਡੌਲੇ ਲੱਤਾਂ ਬਾਹਾਂ ਕੰਮ ਕਰਨ ਵਾਲੇ ਬੰਦੇ ਹੋਣਗੇ, ਬੰਦਿਆਂ ਨੇ ਹੀ ਪੈਸਾ ਕਮਾਉਣਾ ਹੈ। ਤੰਦਰੁਸਤ ਦਿਮਾਗ ਦੇ ਨੌਜਵਾਨ ਜਿੰਨੇ ਹੋਣਗੇ, ਸ਼ਾਰਪ ਮਾਇੰਡ ਹੋਣਗੇ, ਉਹਨਾਂ ਹੀ ਜਿਹੜਾ ਦੇਸ਼ ਆ, ਕੋਈ ਵੀ ਦੇਸ਼ ਆ, ਸੋਨੇ ਦੀ ਚਿੜੀ ਬਣਨ ਨੂੰ ਕੋਈ ਟਾਈਮ ਨਹੀਂ ਲੱਗਦਾ। ਹੁਣ ਕਾਰਨ ਕੀ ਹੈ? ਪੋਲੀਟੀਕਲ ਲੀਡਰਾਂ ਦਾ ਹੀ ਕਾਰਨ ਹੈ ਜੀ। ਆਹ ਹੁਣ ਪਿੱਛੇ ਸਾਡੇ ਕੀ ਹੋਇਆ ਹੈਗਾ, ਸਿਕਿਉਰਿਟੀ ਇੱਕ ਬਹੁਤ ਸੰਵੇਦਨਸ਼ੀਲ ਮੁੱਦਾ ਹੈ। ਤੁਸੀਂ ਨੇ ਇੱਕ ਗਾਰਡ ਦੀ ਤਬਦੀਲੀ ਵੀ ਕਰਨੀ ਹੋਵੇ, ਉਹ ਵੀ ਗੁਪਤ ਰੱਖਣੀ ਪੈਂਦੀ ਹੈ। ਅਸੀਂ ਨੇ ਫੋਕੀ ਵਾਹਵਾ ਦੇ ਮਾਰਿਆ ਨੇ, ਚੱਕ ਕੇ ਸੋਸ਼ਲ ਮੀਡੀਆ 'ਤੇ ਖਬਰਾਂ 'ਚ ਪਾਤਾ ਵੀ ਫਲਾਣੇ ਦੀ ਸਿਕਿਉਰਿਟੀ ਵਾਪਸ ਲਈ, ਫਲਾਣੇ ਸਿੱਧੂ ਮੂਸੇਵਾਲੇ ਦੀ ਖੋਹੀ ਕਿਹਾ ਗਿਆ,
ਬਹੁਤ ਸਾਰੇ ਚੈਨਲਾਂ 'ਤੇ ਲਾਈਵ ਚੱਲਿਆ, ਸੋਸ਼ਲ ਮੀਡੀਆ 'ਤੇ ਚੱਲਿਆ ਹੈਗਾ, ਉਹਦਾ ਨਤੀਜਾ ਕੀ ਨਿਕਲਿਆ? ਬਹੁਤ ਲੋਕ ਇਹ ਵੀ ਕਹਿੰਦੇ ਨੇ ਵੀ ਉਹਦੇ ਕੋਲ ਦੋ ਗਾਰਡ ਸੀਗੇ, ਉਹਦੇ ਕੋਲ ਚਾਹੇ 50 ਗਾਰਡ ਹੁੰਦੇ, 50 ਨੂੰ ਹੀ ਘਰੇ ਛੱਡ ਜਾਂਦਾ, ਉਦੋਂ ਬਾਅਦ ਮਾਰਿਆ ਜਾਂਦਾ, ਕੋਈ ਗੱਲ ਨਹੀਂ ਸੀਗੀ। ਗੱਲ ਤਾਂ ਇਹ ਹੈ ਵੀ ਤੁਸੀਂ ਉਹ ਬਾਬਾ ਹੀ ਕਿਉਂ ਖੱਟ ਰਹੇ ਹੋ? VIP ਕਲਚਰ ਖਤਮ ਕਰਨਾ ਨਾ, ਪੁਰਾਣਿਆਂ ਨੂੰ ਛਾਂਕ ਕੇ ਕਿਵੇਂ ਕਰੋਗੇ? ਉਹ ਤਾਂ ਵਾਹ ਵਾਹ ਹੀ ਹੋ ਗਈ, ਤੁਸੀਂ ਆਪਣਾ ਲੈਣਾ ਬੰਦ ਕਰ ਦਿਓ, ਪਿੱਛੇ ਚੱਲ ਜਾਈਏ ਅਸੀਂ। ਨੌਜਵਾਨੀ ਬਾਰੇ ਕਿਉਂ ਭੱਜਦੀ ਹੈਗੀ? ਕੇਜਰੀਵਾਲ ਨੇ ਕਿਹਾ, ਕਹਿੰਦਾ ਵੀ ਮੈਂ ਸਿਕਿਉਰਿਟੀ ਨਹੀਂ ਲੈਂਦਾ, ਮੈਂ ਘਰ ਨਹੀਂ ਲੈਂਦਾ। ਮੁੱਖ ਮੰਤਰੀ ਬਣਨ ਸਾਰ 2 ਘਰ ਲਏ ਜੀ ਉਹਨੇ, ਵਿਚਾਲੋ ਕੰਧ ਢਾ ਕੇ 1 ਬਣਾਇਆ, ਸਿਕਿਉਰਿਟੀ ਲਈ। ਜਦੋਂ ਹੋਰ ਫਾਲਤੂ ਨਹੀਂ ਮਿਲੀ ਤਾਂ ਪੰਜਾਬ ਸਰਕਾਰ ਤੋਂ 90 ਕਮਾਂਡੋ ਲਈ ਬੈਠਿਆ ਹੈਗਾ। ਸਿਕਿਉਰਿਟੀ ਤਾਂ ਸਾਨੂੰ ਚਾਹੀਦੀਆਂ ਨੇਗੀਆਂ, SCM ਨੂੰ ਵੀ ਚਾਹੀਦੀਆਂ ਨੇ, ਇਹਦੀ ਭੈਣ ਨੂੰ ਵੀ ਚਾਹੀਦੀਆਂ ਨੇ, ਇਹਨਾਂ ਦੀ ਮਾਤਾ ਜੀ ਨੂੰ ਵੀ ਚਾਹੀਦੀਆਂ ਨੇਗੀਆਂ। ਦੂਜਿਆਂ ਦੇ ਅਸੀਂ ਖਤਮ ਕਰਨੀ ਹੈ, ਇਹ ਥੋੜ੍ਹੀ ਹੁੰਦਾ ਹੁੰਦਾ। ਅਸੀਂ ਪੰਜਾਬ ਦੇ ਵਿੱਚ ਸਾਰੇ ਬਰਾਬਰ ਦੇ ਹੱਕਦਾਰ ਹਾਂ। ਇਹਨਾਂ ਹੀ ਨੌਜਵਾਨਾਂ ਦੇ ਸਿਰ 'ਤੇ ਜਿਹੜੇ ਬਾਹਰੇ ਭੱਜਣਾ ਚਾਹੁੰਦੇ ਨੇ, ਜਿਹੜੇ ਨਸ਼ਿਆਂ 'ਚ ਗਰਕਦੇ ਜਾ ਰਹੇ ਨੇ, ਉਹਨਾਂ ਨੇ ਪੂਰੇ ਹਲਾਰੇ ਦੇ ਨਾਲ ਦੱਬਦਾ ਕਿੱਥੇ ਹੈ ਉਹਨਾਂ ਨੂੰ 8 ਸਾਲ MP ਬਣਾ ਕੇ ਰੱਖਿਆ। ਜੋ ਪਾਰਲੀਮੈਂਟ ਦੇ ਵਿੱਚ ਬੋਲਿਆ ਉਹ 'ਤੇ ਤਾਂ ਕੋਈ ਕਿਸੇ ਨੂੰ ਕਿੰਤੂ ਪਰੰਤੂ ਇਤਰਾਜ਼ ਨਹੀਂ ਹੈਗਾ, ਪਰ ਜੋ ਕਰਨ ਲੱਗਿਆ ਹੈਗਾ, ਆਪਣੀ ਭੈਣ ਨੂੰ ਟਿਕਟ ਦੇਣ ਲੱਗਿਆ ਪਰਿਵਾਰਵਾਦ, ਜਦੋਂ ਦੇਖਿਆ ਵੀ ਮੈਂ ਹਾਰ ਰਿਹਾ ਸੰਗਰੂਰ, ਬਕਾਇਦਾ ਤੌਰ 'ਤੇ ਹਾਰ ਰਿਹਾ ਜੀ, ਪਿੰਡਾਂ ਦੇ ਵਿੱਚ ਜਾਣ ਦੀ ਉਹਨਾਂ ਦੀ ਹਿੰਮਤ ਹੈ ਨਹੀਂ, ਤਾਂ ਫਿਰ ਉਹਦੀ ਟਿਕਟ ਬਦਲ ਕੇ ਕਿਸੇ ਹੋਰ ਨੂੰ ਦਿੱਤੀ। ਜਦੋਂ ਇੱਕ ਸਟੈਬਲਿਸ਼ ਪਾਰਟੀ ਜਿਹੜੀ ਪੂਰੇ ਬਹੁਮਤ ਨਾਲ ਆਈ ਹੋਵੇ, ਜਦੋਂ ਉਹ ਟਿਕਟ ਬਦਲ ਲਏ, ਇਹਦਾ ਮਤਲਬ ਕਿਤੇ ਨਾ ਕਿਤੇ ਗੜਬੜ ਹੈ। ਸਾਡੀ ਕਹਿਣੀ ਅਤੇ ਕਰਨੀ ਦੇ ਵਿੱਚ ਫਰਕ ਹੈ। ਇਸੇ ਤਰ੍ਹਾਂ ਦੂਜੀਆਂ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਖੜੇ ਨੇ, ਸਿਮਰਜੀਤ ਸਿੰਘ ਮਾਨ, 40 ਸਾਲ ਹੋ ਗਏ ਉਹਨਾਂ ਨੂੰ, 1987-86 ਦੇ ਵਿੱਚ ਪਹਿਲੀ ਵਾਰ MP ਬਣੇ ਸੀਗੇ। ਰੋਡ ਮੈਪ ਉਹਨਾਂ ਕੋਲ ਕੋਈ ਨਹੀਂ ਹੈਗਾ, ਉਹ ਇੱਕੋ ਚੀਜ਼ ਅੱਗੇ ਲੈ ਕੇ ਆ ਜਾਂਦੇ ਨੇਗੇ ਖਾਲਿਸਤਾਨ, ਅਤੇ ਉਹ ਗੱਲ ਫਿਰ ਉੱਥੇ ਦੀ ਉੱਥੇ ਹੈਗੀ। ਆਮ ਬੰਦਾ ਕਿੱਥੇ ਜਾਵੇ, ਦਿਹਾੜੀਦਾਰ ਕਿੱਥੇ ਜਾਵੇ? ਕਿਸਾਨ ਪਿੰਡ ਦਾ ਕਰਜ਼ਾ ਮੁਕਤ ਹੋਊਗਾ, ਉਹਦਾ ਬੱਚਾ ਤਾਂ ਇੱਥੇ ਰੁਕੂਗਾ ਨਾ। ਮਤਲਬ ਪਾੜਾ ਪਾਉਣ ਤੋਂ ਵਧਣ ਤੋਂ ਤਾਂ ਸਮਾਜ ਦੇ ਵਿੱਚ ਬੱਚਤ ਹੋਊਗੀ ਸਾਡੀ, ਜੇ ਮਜ਼ਦੂਰ ਦੀ ਜੇਬ ਵਿੱਚ ਪੈਸਾ ਹੋਊਗਾ। ਉੱਥੇ ਜਾ ਕੇ ਅਸੀਂ ਦੂਜੇ ਦੇਸ਼ਾਂ 'ਚ ਮਜ਼ਦੂਰੀਆਂ ਹੀ ਕਰਦੇ ਹਾਂ ਨਾ, ਕੋਈ ਵੀ ਚੱਲ ਜੇ ਇੱਥੋਂ, ਉੱਥੇ ਆ ਕਹਿੰਦਾ ਉਹ ਵੀ ਦਿਹਾੜੀ ਕਰ ਰਿਹਾ, ਮੈਂ ਵੀ ਦਿਹਾੜੀ ਕਰ ਰਿਹਾ, ਕੋਈ ਜਾਤ ਪਾਤੀ ਮਿਟੇ ਜਾਂਦੀ ਹੈਗੀ? ਅਸੀਂ ਸਕੂਲਾਂ ਦੇ ਵਿੱਚ ਪੜ੍ਹਦੇ ਰਹੇ ਹਾਂ ਸਾਰੇ, ਕੋਈ ਪਤਾ ਨਹੀਂ ਸੀ ਕਿਹੜੀ ਜਾਤ ਪਾਤੀ ਦਾ ਹੈਗਾ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਰਹਿ ਗਏ ਸਰਦਾਰ ਮਨਮੋਹਨ ਸਿੰਘ, ਉਹਨਾਂ ਤੱਪੜ ਵਾਲੇ ਸਕੂਲਾਂ ਦੇ ਪੜ੍ਹੇ ਹੋਏ ਨੇਗੇ। ਉੱਥੋਂ ਅਸੀਂ ਬਲਕਿ ਗਲਤ ਪਾਸੇ ਆਏ ਹਾਂ, ਜਿਉਂ ਜਿਉਂ ਸਮਾਂ ਲੰਘਦਾ ਗਿਆ ਗਲਤ ਪਾਸੇ ਆ ਰਹੇ ਹਾਂ। ਹੁਣ ਸੰਗਰੂਰ ਦੇ ਲੋਕਾਂ ਨੇ ਬਹੁਤ ਵੱਡਾ ਉੱਦਮ ਕੀਤਾ ਹੈਗਾ ਪਿਛਲੇ 2014 ਤੋਂ ਲੈ ਕੇ, ਜਿਹੜਾ ਉਹਨਾਂ ਨੇ ਇੱਕ ਤਬਦੀਲੀ ਨੂੰ ਮੋੜਾ ਕੱਟਣ ਦੀ ਕੋਸ਼ਿਸ਼ ਕਰੀ ਹੈ ਨੌਜਵਾਨੀ ਨੇ। ਮੈਂ ਉਹਨਾਂ ਦਾ ਧੰਨਵਾਦ ਕਰਦਾ ਸਾਰਿਆਂ ਦਾ, ਸਾਰੇ ਨੌਜਵਾਨਾਂ ਦਾ, ਸਾਰੇ ਸੰਗਰੂਰ ਵਾਸੀਆਂ ਦਾ, ਔਰ ਜਿਹਨਾਂ ਨੇ ਪੂਰੀ ਤਨਦੇਹੀ ਦੇ ਨਾਲ ਇੱਕ ਮੋੜਾ ਕੱਟਿਆ ਹੈਗਾ। ਹੁਣ ਉਹ ਪਿੱਛੇ ਰੁਕਣਾ ਨਹੀਂ ਮੁੜਨਾ ਚਾਹੁੰਦੇ, ਹੁਣ ਉਹ ਗਾਹਾਂ ਹੋਰ ਅੱਗੇ ਵਧਣਾ ਚਾਹੁੰਦੇ ਨੇਗੇ। ਹੁਣ ਇਹਨਾਂ ਦੇ ਵੀ ਬੁੱਲਾਂ 'ਤੇ ਸਿੱਕਰੀ ਲਿਆ ਤੀ ਉਹਨਾਂ ਨੇ ਵੀ ਨਾ, ਔਰ ਮੈਂ ਵੀ ਬੇਨਤੀ ਕਰਦਾ, ਮੈਂ ਕਾਗਜ਼ ਭਰਨ ਜਾ ਰਿਹਾ ਸੰਗਰੂਰ ਤੋਂ, ਵੀ ਜੇ ਆਮ ਆਦਮੀ ਪਾਰਟੀ ਤੋਂ ਕੰਮ ਲੈਣਾ ਪੰਜਾਬ ਵਾਸੀਆਂ ਨੇ, ਹੁਣ ਤਾਂ ਸਾਰੇ ਪੰਜਾਬ ਦੀ, ਹੁਣ ਸੰਗਰੂਰ ਦੀ ਨਹੀਂ ਰਹਿ ਗਈ, ਤਾਂ ਆਮ ਆਦਮੀ ਪਾਰਟੀ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ, ਤਾਂ ਕਿ ਉਹਨੇ ਸੁਰਤ ਟਿਕਾਣੇ ਆ ਜੇ, ਔਰ ਸਮਾਜ ਸੇਵਾ 'ਤੇ ਜੇ ਫਿਰ ਹੀ ਜਿਹੜੀ ਹੈਗੀ ਹੈ। ਮੇਰੇ ਪਿੰਡ ਦੇ ਵਿੱਚੋਂ ਸਰਪੰਚ ਨੇ, ਜਦੋਂ ਆਪ ਸਰਪੰਚ ਸੀਗਾ ਗੁਲਾਬ ਸਿੰਘ, 2003-08 ਤੱਕ 23 ਬੰਦਿਆਂ ਦਾ ਨਸ਼ਾ ਛਡਾਇਆ, 19 ਕਾਮਯਾਬ ਰਹੇ, ਕਿਉਂਕਿ ਉਹਨਾਂ ਨੂੰ ਇਹਨਾਂ ਨੂੰ ਕੰਮ ਮਿਲ ਗਿਆ ਸੀਗਾ। ਜੇ ਤੁਸੀਂ ਨਸ਼ਾ ਛਡਾ ਕੇ ਕਿਸੇ ਨੌਜਵਾਨ ਨੂੰ ਕੰਮ ਨਹੀਂ ਦਿੰਦੇ ਤਾਂ ਉਹ ਦੁਬਾਰੇ ਨਸ਼ਾ ਕਰਨ ਲੱਗੂਗਾ ਹੀ ਲੱਗੂਗਾ ਜੀ, ਜੇ ਉਹਨੂੰ ਵਿਹਲਾ ਛੱਡਤਾ ਉਹ ਨਸ਼ੇ ਫਿਰ ਲੱਗ ਜਾਣਾ ਉਹਨੇ। ਔਰ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਗੁਲਾਬ ਸਿੰਘ ਨਹੀਂ ਖੜਿਆ, 19 ਥਾਂ 'ਤੇ 40 ਹੋਰ ਨਸ਼ਾ ਕਰਨ ਲੱਗ ਗਏ ਅੱਗੇ। ਐਂ ਇਹਨਾਂ ਦੀ ਚੇਨ ਚੱਲਦੀ ਹੈਗੀ, ਇਹ ਸਿਆਣੇ ਪੋਲੀਟੀਕਲ ਲੋਕ ਨਹੀਂ ਹੈਗੇ ਸਾਡੇ ਦੇਸ਼ ਦੇ। ਚਲੋ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਜਿਹਦੇ ਬਾਰੇ ਸੁਣਿਆ ਜਗਮੋਹਨ ਜੀ ਨੇ ਇੱਕ ਸਮਾਜ ਸੇਵੀ ਤੋਂ ਇੱਕ ਰਾਜਨੀਤਿਕ ਆਉਣ ਦਾ ਕਾਰਨ ਦੱਸਿਆ। ਧੰਨਵਾਦ।